ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸੈਮੈਸਟਰ 1 ਦੇ ਲਈ ਸੋਸ਼ੀਓਲੋਜੀ ਸਬਜੈਕਟ ਦਾ ਟੌਪਿਕ ਲੈ ਕੇ ਆਏ ਹਾਂ ਸਮਾਜਿਕ ਨਿਯੰਤਰਣ ਕੀ ਹੈ ਸਮਾਜਿਕ ਨਿਯੰਤਰਣ ਦੀ ਪਰਿਭਾਸ਼ਾ ਦੋ ਤੇ ਸਮਾਜਿਕ ਨਿਯੰਤਰਣ ਦੇ ਵਿਸ਼ੇਸ਼ਤਾਵਾਂ ਜਾਂ ਇਸ ਨੂੰ ਕੁਐਸਚਨ ਐਵੇਂ ਵੀ ਪੁੱਛਿਆ ਜਾ ਸਕਦਾ ਕਿ ਸਮਾਜਿਕ ਨਿਯੰਤਰਣ ਦੀ ਕਿਉਂ ਜ਼ਰੂਰਤ ਹੈ ਤਾਂ ਵੀ ਅਗਰ ਕੁਐਸਚਨ ਪੁੱਛਿਆ ਜਾਵੇ ਕਿ ਸਮਾਜਿਕ ਨਿਯੰਤਰਣ ਦੀ ਕਿਉਂ ਜ਼ਰੂਰਤ ਹੈ ਕਿਉਂ ਠੀਕ ਹੈ ਤਾਂ ਵੀ ਇਹਦੇ ਵਿੱਚ ਕੀ ਆ ਜਾਣਗੀਆਂ ਵਿਸ਼ੇਸ਼ਤਾਵਾਂ ਜਾਣਗੀਆਂ ਤੇ ਵਿਸ਼ੇਸ਼ਤਾਵਾਂ ਨੂੰ ਲੱ ਹਾਂਜੀ ਬਲਤ ਸਮਾਜਿਕ ਨੰਤਰਣ ਹੁੰਦਾ ਕੀ ਹੈ ਹਾਂਜੀ ਮਨੁੱਖਾ ਜਿਹੜਾ ਕਿ ਸਮਾਜ ਦੇ ਵਿੱਚ ਰਹਿੰਦਾ ਤੇ ਸਮਾਜ ਆ ਜਿਹੜਾ ਕਿ ਮਨੁੱਖਾਂ ਤੋਂ ਹੀ ਬਣਦਾ ਠੀਕ ਹੈ ਤੇ ਅਗਰ ਕਿਸੇ ਵੀ ਸਮਾਜ ਨੇ ਆਪਣੀ ਪ੍ਰਗਤੀ ਦੇ ਵਿੱਚ ਰਹਿਣਾ ਤਾਂ ਉਹਦੇ ਲਈ ਇਹ ਜ਼ਰੂਰੀ ਹੈ ਕਿ ਉਹ ਸਮਾਜ ਦੇ ਵਿੱਚ ਏਕਤਾ ਤੇ ਅਖੰਡਤਾ ਹੋਵੇ ਠੀਕ ਹੈ ਏਕਤਾ ਤੇ ਅਖੰਡਤਾ ਬਣੀ ਰਹੇ ਜੇ ਸਮਾਜ ਦੇ ਵਿੱਚ ਏਕਤਾ ਤੇ ਅਖੰਡਤਾ ਬਣੀ ਰਹਿਣੀ ਚਾਹੀਦੀ ਹੈ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਜਿਹੜੇ ਸਮਾਜ ਦੇ ਵਿੱਚ ਅਲੱਗ-ਅਲੱਗ ਇਕਾਈਆਂ ਨੇ ਠੀਕ ਹੈ ਏਜੰਸੀਜ਼ ਨੇ ਉਹ ਸਹੀ ਢੰਗ ਦੇ ਨਾਲ ਕੰਮ ਕਰਨ ਬਟ ਜਿਹੜੇ ਕਿ ਕੁਝ ਏਜੰਸੀਜ਼ ਸਕਾਰਾਤਮਕ ਪ੍ਰਵਿਰਤੀ ਦੇ ਹੁੰਦੇ ਨੇ ਕੁਝ ਨਕਾਰਾਤਮਕ ਪ੍ਰਵਿਰਤੀ ਦੇ ਹੁੰਦੇ ਨੇ ਠੀਕ ਹੈ ਜਿਹੜੀਆਂ ਨਕਾਰਾਤਮਕ ਪ੍ਰਵਿਰਤੀਆਂ ਹੁੰਦੀਆਂ ਨੇ ਉਹਨਾਂ ਤੇ ਨਿਯੰਤਰਣ ਕਰਨ ਦੀ ਜ਼ਰੂਰਤ ਹੁੰਦੀ ਆ ਭਾਵ ਕਿ ਕੰਟਰੋਲ ਕਰਨ ਦੀ ਜਿਵੇਂ ਆਪਾਂ ਸਪੋਜ਼ ਕਿਸੇ ਆਪਾਂ ਬੱਚਾ ਕੋਈ ਸ਼ਰਾਰਤ ਕਰ ਰਿਹਾ ਤੋ ਉਹਨੂੰ ਆਪਾਂ ਉਹ ਆਪਣੇ ਤੇ ਚੀਜ਼ੋ ਡਿਪੈਂਡ ਕਰਦੇ ਕਿ ਆਪਾਂ ਉਹਨੂੰ ਕੰਟਰੋਲ ਕਰੀਏ ਤਾਂ ਕਿ ਉਹਦੇ ਸ਼ਰਾਰਤਾਂ ਜਿਹੜੀ ਕਿ ਜ਼ਿਆਦਾ ਨਾ ਵਧਣ ਠੀਕ ਹੈ ਭਾਵ ਕਿ ਐਵੇਂ ਹੀ ਜਿਹੜੇ ਕਿ ਨਕਾਰਾਤਮਕ ਨੇ ਪ੍ਰਵਿਰਤੀਆਂ ਉਹਨਾਂ ਤੇ ਨਿਯੰਤਰਣ ਕਰਨਾ ਜ਼ਰੂਰੀ ਤਾਂ ਕਿ ਸਮਾਜ ਦੇ ਵਿੱਚ ਜਿਹੜੀ ਕਿ ਏਕਤਾ ਤੇ ਅਖੰਡਤਾ ਬਣੀ ਠੀਕ ਹੈ ਜੇ ਉਹਨਾਂ ਨੂੰ ਜਿਹੜੇ ਕਿ ਨਿਯੰਤਰਣ ਦੇ ਵਿੱਚ ਨਹੀਂ ਰੱਖਿਆ ਜਾਊਗਾ ਤਾਂ ਇਹਦੇ ਨਾਲ ਸਮਾਜ ਦੇ ਵਿੱਚ ਜਿਹੜੇ ਕਿ ਉਥਲ ਪੁਥਲ ਹੋ ਜੂਗੀ ਤਾਂ ਉਹਦੇ ਵਿੱਚ ਜਿਹੜੀ ਇੱਕ ਸੰਗਠਿਤ ਸਮਾਜ ਸਿਰਜਣਾ ਹੋਊਗਾ ਠੀਕ ਹੈ ਉਹ ਨਹੀਂ ਸਿਰਜਿਆ ਜਾਊਗਾ ਤਾਂ ਮਨੁੱਖ ਦੇ ਵਿੱਚ ਜਿਹੜੇ ਕਿ ਕੁਝ ਜਾਨਵਰਾਂ ਵਾਲੀਆਂ ਪ੍ਰਵਿਰਤੀਆਂ ਹੁੰਦੀਆਂ ਨੇ ਉਹਨਾਂ ਨੂੰ ਨਿਯੰਤਰਣ ਰੱਖਣ ਦੇ ਲਈ ਉਹਨਾਂ ਦੇ ਵਿੱਚ ਏਕਤਾ ਤੇ ਤਾਲਮੇਲ ਰੱਖਣ ਦੇ ਲਈ ਜ਼ਰੂਰੀ ਹੈ ਕਿ ਕੰਟਰੋਲ ਜਿਹੜੇ ਕਿ ਹੋਵੇ ਠੀਕ ਹੈ ਉਹਦੇ ਤੇ ਕੁਝ ਪਾਬੰਦੀਆਂ ਲਗਾਈਆਂ ਜਾਣਾ ਤੇ ਜੇ ਵਿਅਕਤੀ ਨੂੰ ਇਹ ਵੀ ਖੁੱਲਾ ਛੱਡ ਦਿੱਤਾ ਜਾਵੇ ਕਿ ਹਾਂ ਜੋ ਚਾਹੇ ਉਹ ਕਰੇ ਤਾਂ ਇਹਦੇ ਨਾਲ ਸਮਾਜ ਦੇ ਵਿੱਚ ਜਿਹੜੇ ਕਿ ਅਸਥਿਰਤਾ ਪੈਦਾ ਹੋ ਜੂਗੀ ਅਸ਼ਾਂਤੀ ਪੈਦਾ ਹੋ ਜੂਗੀ ਜਿਸ ਕਰਕੇ ਨਿਯੰਤਰਣ ਕਰਨਾ ਜਿਹੜੇ ਕਿ ਜ਼ਰੂਰੀ ਹੈ ਸੋ ਇਹ ਇਹਦੀ ਇੰਟਰੋਡਕਸ਼ਨ ਹੋ ਗਈ ਫਿਰ ਆਪਾਂ ਨੂੰ ਪ੍ਰਵਾਹਾ ਪਹਿਲਾਂ ਦਾ ਅਰਥ ਦੱਸਣਾ ਕਿ ਨਿਆ ਸਮਾਜਿਕ ਨਿਯੰਤਰਣ ਕੀ ਹੁੰਦਾ ਹਾਂਜੀ ਇਸ ਸਮਾਜਿਕ ਨਿਯੰਤਰਣ ਕੀ ਹੁੰਦਾ ਤਾਂ ਸਮਾਜਿਕ ਨਿਯੰਤਰਣ ਸਮਾਜਿਕ ਪ੍ਰਗਤੀ ਤੇ ਤਰੱਕੀ ਲਈ ਸਮਾਜ ਦੇ ਮੈਂਬਰਾਂ ਉੱਤੇ ਜਿਹੜੇ ਕਿ ਉਹਨਾਂ ਤੇ ਜਿਹੜੇ ਕਿ ਸੋਸ਼ਲ ਕੰਟਰੋਲ ਲਾਗੂ ਹੋਣਾ ਜਿਹੜੇ ਕਿ ਜ਼ਰੂਰੀ ਹੈ ਭਾਗ ਕੇ ਇਹਨਾਂ ਤੇ ਕੀਤਾ ਜਾਂਦਾ ਸੋਸ਼ਲ ਕੰਟਰੋਲ ਠੀਕ ਹੈ ਸਮਾਜ ਨੂੰ ਸੰਗਠਿਤ ਰੱਖਣ ਲਈ ਨਿਯੰਤਰਣ ਦੀ ਜ਼ਰੂਰਤ ਹੈ ਜਿਵੇਂ ਆਪਾਂ ਨੇ ਐਗਜ਼ਾਮਪਲ ਦਿੱਤੀ ਕਿ ਬੱਚੇ ਨੂੰ ਅਗਰ ਆਪਾਂ ਕੰਟਰੋਲ ਦੇ ਵਿੱਚ ਰੱਖਾਂਗੇ ਠੀਕ ਹੈ ਉਹਦੇ ਜਿਹੜੇ ਸ਼ਰਾਰਤਾਂ ਨੇ ਉਹਨਾਂ ਨੂੰ ਆਪਾਂ ਘਟਾਵਾਂਗੇ ਤਾਂ ਇਨ ਫਿਊਚਰ ਹੈ ਜਿਹੜੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਫਲ ਹੋਊਗਾ ਹਨ ਅਗਰ ਆਪਾਂ ਉਹਦੇ ਸ਼ਰਾਰਤਾਂ ਨੂੰ ਕਾਬੂ ਦੇ ਵਿੱਚ ਨਹੀਂ ਕਰਾਂਗੇ ਤਾਂ ਉਹਦੇ ਨਾਲ ਉਹਦੀ ਲਾਈਫ ਹੈ ਜਿਹੜੀ ਕਿ 스ਪੋਇਲ ਹੋ ਜਾਊਗੀ ਤਾਂ ਸੇਮ ਉਸੇ ਤਰ੍ਹਾਂ ਵੀ ਸਮਾਜ ਦੇ ਵਿੱਚ ਜੇ ਆਪਾਂ ਨੇ ਸਮਾਜ ਨੂੰ ਇੱਕ ਚੰਗੇ ਸਹੀ ਢੰਗ ਦੇ ਨਾਲ ਵਿਕਾਸ ਦੇ ਰਾਹ ਤੇ ਲੈ ਕੇ ਜਾਣਾ ਤਾਂ ਉਹਦੇ ਲਈ ਉਹਦੇ ਤੇ ਜਿਹੜੇ ਕਿ ਉਹਦੇ ਵਿੱਚ ਜਿਹੜੇ ਪ੍ਰਵਿਰਤੀਆਂ ਨੇ ਇਕਾਂਆਂ ਨੇ ਉਹਨਾਂ ਤੇ ਕੰਟਰੋਲ ਕਰਨਾ ਜ਼ਰੂਰੀ ਹੈ ਠੀਕ ਹੈ। ਇਹੀ ਇਹਦੇ ਵਿੱਚ ਦੱਸਿਆ ਹੋਇਆ। ਤਾਂ ਸਮਾਜਿਕ ਨਿਯੰਤਰਣ ਅਜਿਹੇ ਹਾਲਾਤ ਪੈਦਾ ਕਰਦਾ ਜਿਦੇ ਨਾਲ ਜਿਸ ਨਾਲ ਸਮੇਂ ਦੇ ਨਾਲ-ਨਾਲ ਵਿਅਕਤੀ ਦਾ ਸਮਾਜਿਕਕਰਨ ਵੀ ਹੁੰਦਾ ਤੇ ਸਮਾਜ ਦੇ ਵਿਰੁੱਧ ਕੋਈ ਵੀ ਕੰਮ ਜਿਹੜੇ ਕਿ ਕੋਈ ਵਿਅਕਤੀ ਨਾ ਕਰ ਸਕੇ ਭਾਵੇਂ ਕਿ ਇਹ ਨਾ ਹੋਵੇ ਜੇ ਇੱਕ ਨੂੰ ਆਪਾਂ ਖੁੱਲਾ ਛੱਡ ਦੇ ਤੇ ਦੂਜਿਆਂ ਦੇ ਲਈ ਉਹ ਜਿਹੜੇ ਕਿ ਨੁਕਸਾਨਦਾਇਕ ਹੋਵੇ ਭਾਵੇਂ ਕਿ ਕੁਝ ਕੰਟਰੋਲ ਹੋਣਾ ਚਾਹੀਦਾ ਤਾਂ ਕਿ ਦੂਜੇ ਦੇ ਹਿੱਤਾਂ ਨੂੰ ਵੀ ਜਿਹੜੇ ਕਿ ਕੋਈ ਨੁਕਸਾਨ ਨਾ ਪਹੁੰਚਿਆ ਜਾ ਸਕੇ ਤੇ ਸਮਾਜ ਦੇ ਵਿੱਚ ਸ਼ਾਂਤੀ ਰਹਿ ਸਕੇ। ਹਾਂਜੀ ਇਹਨਾਂ ਵਿੱਚ ਪਰਿਭਾਸ਼ਾਵਾਂ ਦੇ ਵਿੱਚ ਤੁਸੀਂ ਮੈਂ ਕਾਈਵਰ ਦੀ ਯਾਦ ਕਰ ਲੈਣੀ ਹੈ ਹਰ ਇੱਕ ਦੀ ਪਰਿਭਾਸ਼ਾ ਜ਼ਰੂਰ ਯਾਦ ਕਰਨੀ ਹੈ ਸਟੂਡੈਂਟਸ ਸੋਸ਼ੀਓਲੋਜੀ ਦੇ ਵਿੱਚ ਠੀਕ ਹੈ ਸਮਾਜਿਕ ਨਿਯੰਤਰਣ ਉਹ ਤਰੀਕਾ ਜਿਸ ਨਾਲ ਪੂਰੀ ਸਮਾਜਿਕ ਅਵਸਥਾ ਦੇ ਵਿੱਚ ਏਕਤਾ ਬਣੀ ਰਹਿੰਦੀ ਹੈ ਤੇ ਇੱਕ ਪਰਵਰਤਨਸ਼ੀਲ ਸੰਤੁਲਨ ਦੇ ਰੂਪ ਦੇ ਵਿੱਚ ਕੰਮ ਕਰਦਾ ਠੀਕ ਹੈ ਸਮਾਜਿਕ ਨਿਯੰਤਰਣ ਇੱਕ ਤੁਸੀਂ ਯਾਦ ਕਰ ਸਕਦੇ ਹੋ ਗਿਲਨ ਐਂਡ ਗਿਲਨ ਦੀ ਦੇਖ ਲੈਣੇ ਸਮਾਜਿਕ ਨਿਯੰਤਰਣ ਸੁਝਾਅ ਪ੍ਰੇਰਣਾ ਪ੍ਰਤੀਬਿੰਬ ਕਾ ਦਬਾਅ ਤਾਕਤ ਪ੍ਰਯੋਗ ਆਦ ਸਾਰੇ ਸਾਧਨਾਂ ਦੀ ਉਸ ਵਿਵਸਥਾ ਨੂੰ ਕਹਿੰਦੇ ਨੇ ਜਿਸ ਦੁਆਰਾ ਸਮਾਜ ਕਿਸੇ ਵੀ ਸਮੂਹ ਦੇ ਵਿਵਹਾਰ ਨੂੰ ਸਮਰਥਨ ਪ੍ਰਾਪਤ ਪ੍ਰਤੀਮਾਨਾਂ ਦੇ ਅਨੁਕੂਲ ਬਣਾਉਂਦਾ ਠੀਕ ਹੈ ਜੇ ਤੁਹਾਨੂੰ ਇਹ ਵੱਡੀ ਲੱਗ ਰਹੀ ਤੇ ਇਹਨੂੰ ਛੱਡ ਦਿਓ ਤੁਸੀਂ ਇੱਕ ਤਾਂ ਮੈਂ ਕਾਈਬਰ ਵਾਲੀ ਕਰਨੀ ਹੈ ਠੀਕ ਹੈ ਮੈਂ ਕਾਈਬਰ ਦੀ ਛੋਟੀ ਹੈ ਮੈਂ ਕਾਈਬਰ ਵਾਲੀ ਕਰਨੀ ਹੈ ਤੇ ਇੱਕ ਸਟੂਡੈਂਟਸ ਅਗਰ ਤੁਹਾਨੂੰ ਪ੍ਰਵਾਹਾਸ਼ਾ ਚੰਗੇ ਤਰੀਕੇ ਨਾਲ ਜਾਣਨੇ ਫਿਰ ਤੁਸੀਂ ਇਹਨਾਂ ਨੂੰ ਕਾਮੇ ਦੇ ਵਿੱਚ ਦੇਣਾ ਅਗਰ ਤੁਹਾਨੂੰ ਪ੍ਰਵਾਹਾਸ਼ਾ ਪੂਰੇ ਪ੍ਰੋਪਰ ਵੇ ਨਾਲ ਨਹੀਂ ਜਾ ਰਹੇਂਗੇ ਠੀਕ ਹੈ ਤੁਸੀਂ ਇਹਨਾਂ ਦੇ ਵਿੱਚ ਕੁਝ ਆਪਣੀ ਮਤਲਬ ਕਿ ਆਪਣੀ ਵਰਡਿੰਗ ਅਕੋਰਡਿੰਗ ਲਿਖਣਾ ਫਿਰ ਕਾਮੇ ਚ ਨਹੀਂ ਪਾਉਣਾ ਰਾਈਟਰ ਦਾ ਨੇਮ ਲਿਖ ਕੇ ਫਿਰ ਵੈਸੇ ਲਿਖ ਦੇਣੀ ਹੈ ਠੀਕ ਹੈ ਹਾਂਜੀ ਈਏ ਰਾਸ ਦੇ ਅਨੁਸਾਰ ਕੀ ਆ ਸਮਾਜਿਕ ਨਿਯੰਤਰਣ ਢੰਗਾਂ ਦੀ ਉਹ ਪ੍ਰਣਾਲੀ ਆ ਜਿਸ ਦੀ ਵਰਤੋਂ ਨਾਲ ਸਮਾਜ ਦੇ ਆਪਣੇ ਮੈਂਬਰਾਂ ਦੇ ਆਚਰਣ ਨੂੰ ਵਿਵਹਾਰ ਦੇ ਸਵੀਕ੍ਰਿਤ ਵੀ ਜਿਹਨਾਂ ਨੂੰ ਸਮਾਜ ਜਿਹੜੇ ਕਿ ਐਕਸੈਪਟ ਕਰਦਾ ਹੋਵੇ ਮਿਆਰਾਂ ਦੇ ਸਟੈਂਡਰਡ ਰੂਪ ਦੇ ਵਿੱਚ ਸਮਰੂਪ ਬਣਾਉਂਦਾ ਠੀਕ ਹੈ ਇੱਕ ایزی ਹੈ ਤੇ ਬਾਕੀ ਹੋਰ ਤੁਹਾਨੂੰ ਅਗਰ ਜਿਹੜੀ ਵੀ ایزی ਲੱਗੀ ਤੁਸੀਂ ਉਹ ਕਰ ਲੈਣੀ ਹੈ ਹਾਂਜੀ ਦੈਨ ਉਸ ਤੋਂ ਬਾਅਦ ਸਮਾਜਿਕ ਨਿਯੰਤਰਣ ਦੀਆਂ ਵਿਸ਼ੇਸ਼ਤਾਵਾਂ ਜਾਂ ਸਮਾਜਿਕ ਨਿਯੰਤਰਣ ਦੀ ਜ਼ਰੂਰਤ ਕਿਉਂ ਹੈ ਪਹਿਲਾ ਪੁਆਇੰਟ ਆ ਜਾਂਦਾ ਸਭ ਤੋਂ ਪਹਿਲਾਂ ਲੌਂਗ ਕੁਐਸਚਨ ਯਾਦ ਕਰਨ ਦਾ ਮਤਲਬ ਕਿ ਬੈਸਟ ਵੇ ਇਹੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰੋ ਜਿਵੇਂ ਇਹਦੇ ਵਿੱਚ ਹੈਗੇ ਨੇ ਸਮਾਜਿਕ ਨੰਤਰਣ ਪੂਰਨ ਨਿਵਸਥਾ ਨੂੰ ਕਾਇਮ ਰੱਖਦਾ ਹੈ ਠੀਕ ਹੈ ਵਿਅਕਤੀਗਤ ਵਿਵਹਾਰ ਉੱਤੇ ਦਬਾਅ ਪਾਉਣਾ ਸਮਾਜਿਕ ਨੰਤਰਣ ਵਿਅਕਤੀ ਦੇ ਸਮਾਜਿਕ ਕਰਨ ਵਿੱਚ ਸਹਾਇਕ ਹੁੰਦਾ ਹੈ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਸਭ ਤੋਂ ਪਹਿਲਾਂ ਤੁਸੀਂ ਹੈਡਿੰਗ ਲਰਨ ਕਰੋ ਠੀਕ ਹੈ ਹੈਡਿੰਗ ਜਦੋਂ ਜਦੋਂ ਤੁਹਾਡੇ ਯਾਦ ਹੋ ਗਏ ਫਿਰ ਤੁਸੀਂ ਵਿੱਚ ਵਾਲਾ ਟੌਪਿਕ ਰੀਡ ਕਰਿਆ ਕਰੋ ਤਾਂ ਇਹਦੇ ਨਾਲ ਤੁਹਾਨੂੰ ਜਿਹੜੇ ਕੀ ਕੁਐਸਚਨ ਕਦੇ ਨਹੀਂ ਭੁੱਲਦਾ ਹੈਗਾ ਹਾਂਜੀ ਸਮਾਜਿਕ ਨਿਯੰਤਰਣ ਪੁਰਾਣੀ ਜਿਹੜੀ ਵਿਵਸਥਾ ਹੁੰਦੀ ਹੈ ਉਹਨੂੰ ਕਾਇਮ ਰੱਖਦਾ ਸਮਾਜਿਕ ਨਿਯੰਤਰਣ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਜਿਹੜੀ ਪੁਰਾਣੀ ਸਮਾਜਿਕ ਵਿਵਸਥਾ ਉਹਨੂੰ ਬਣਾ ਕੇ ਰੱਖਣ ਦੇ ਵਿੱਚ ਇਹ ਸਹਾਇਕ ਹੁੰਦਾ ਤੇ ਸਮਾਜ ਦੀ ਨਿਰੰਤਰਤਾ ਨੂੰ ਵੀ ਕੰਟੀਨਿਊ ਜਿਹੜੇ ਕਿ ਉਹਨੂੰ ਵੀ ਕਾਇਮ ਰੱਖਦਾ ਹਾਂਜੀ ਮਨੁੱਖ ਅਤੇ ਸਮਾਜਿਕ ਸਮਾਜ ਪ੍ਰਕਿਰਤਿਕ ਤੌਰ ਤੇ ਜਿਹੜੇ ਕਿ ਪਰਵਰਤਨਸ਼ੀਲ ਨੇ ਭਾਵ ਕਿ ਮਨੁੱਖ ਦਾ ਬਿਹੇਵੀਅਰ ਵੀ ਜਿਹੜੇ ਕਿ ਸਮੇਂ ਦੇ ਨਾਲ ਚੇਂਜ ਹੁੰਦਾ ਰਹਿੰਦਾ ਤੇ ਸਮਾਜ ਦੇ ਵਿੱਚ ਵੀ ਪਰਵਰਤਨ ਆਉਂਦਾ ਰਹਿੰਦਾ ਕਿਉਂਕਿ ਇਸ ਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਨਵੀਂ ਖੋਜ ਹੁੰਦੀ ਰਹਿੰਦੀ ਹੈ ਤੇ ਇਸੇ ਪਰਵਰਤਨ ਦਾ ਅਰਥ ਇਹ ਨਹੀਂ ਹੈਗਾ ਕਿ ਪ੍ਰਾਚੀਨ ਬੋਸਥਾ ਨੂੰ ਖਤਮ ਕਰਕੇ ਬਲਕਿ ਖਤਮ ਕਰ ਦਿੱਤਾ ਜਾਵੇ ਬਲਕਿ ਪਰਵਰਤਨ ਦੇ ਨਾਲ ਆਉਣ ਵਾਲੀ ਪੀੜ੍ਹੀ ਉੱਤੇ ਪ੍ਰਾਚੀਨ ਨਿਯਮਾਂ ਨੂੰ ਮੰਨਣ ਲਈ ਦਬਾਅ ਪਾਇਆ ਜਾਂਦਾ ਠੀਕ ਹੈ ਕਿਸੇ ਵੀ ਪਰਿਵਾਰ ਦੇ ਵਿੱਚ ਮੈਂਬਰਾਂ ਨੂੰ ਨਿਯਮਾਂ ਦੇ ਅਨੁਸਾਰ ਵਿਵਹਾਰ ਕਰਨ ਲਈ ਕਿਹਾ ਜਾਂਦਾ ਹੈ ਪਾਪ ਕੀ ਸਮਾਜਿਕ ਨਿਯੰਤਰਣ ਦੇ ਵਿੱਚ ਜਿਵੇਂ ਆਪਾਂ ਉਹ ਹੀ ਲਗਾ ਲਓ ਕਿ ਬੱਚੇ ਦੇ ਐਗਜ਼ਾਮਪਲ ਲੈ ਕੇ ਚੱਲਦੇ ਆਂ ਵੀ ਕੁਝ ਪਰਿਵਾਰਾਂ ਦੇ ਵਿੱਚ ਪੂਰੇ ਐਨ ਸਟ੍ਰਿਕ ਨਿਯਮ ਹੁੰਦੇ ਨੇ ਕਿ ਅਗਰ ਬੱਚਾ ਥੋੜਾ ਜਿਹਾ ਵੀ ਲੇਟ ਆਇਆ ਤਾਂ ਉਹਨੂੰ ਪੁੱਛਿਆ ਜਾਂਦਾ ਕਿਉਂ ਲੇਟ ਆਇਆ ਕਿਉਂ ਠੀਕ ਹੈ ਵੀ ਕਿੱਥੇ ਰੁਗ ਗਿਆ ਸੀ ਇਹ ਸਾਰੀ ਚੀਜ਼ ਅਗਰ ਆਪਾਂ ਬੱਚੇ ਤੇ ਕੋਈ ਚੀਜ਼ ਨਹੀਂ ਪੁੱਛਾਂਗੇ ਤਾਂ ਉਹ ਆਪਣੀ ਮਨਮਰਜ਼ੀ ਕਰਨ ਲੱਗ ਜਾਊਗਾ ਉਹਦੇ ਨਾਲ ਉਹਦੀ ਲਾਈਫ ਆ ਜਿਹੜੀ ਕਿ ਸਪਾਇਲ ਹੋਣੀ ਸ਼ੁਰੂ ਹੋ ਜਾਂਦੀ ਹੈ ਅਗਰ ਉਹਨੂੰ ਪਤਾ ਕਿ ਹਾਂ ਮੇਰੇ ਤੇ ਕੰਟਰੋਲ ਹੈ ਮੈਨੂੰ ਸਾਰੀ ਚੀਜ਼ ਪੁੱਛਣੀ ਹੈ ਤਾਂ ਉਹ ਉਸ ਢੰਗ ਦੇ ਨਾਲ ਆਪਣਾ ਜਿਹੜੇ ਕੀ ਆਪਣੇ ਜੀਵਨ ਨੂੰ ਬਤੀਤ ਕਰਦਾ ਠੀਕ ਹੈ ਮਤਲਬ ਕਿ ਇਹਦੇ ਵਿੱਚ ਕਿਸੇ ਨੂੰ ਖੁੱਲਾ ਨਹੀਂ ਛੱਡਿਆ ਜਾਂਦਾ ਉਹਦੇ ਵਿੱਚ ਜਿਹੜੇ ਪੁਰਾਣੇ ਨਿਯਮ ਹੁੰਦੇ ਨੇ ਉਹਨਾਂ ਨੂੰ ਕਾਇਮ ਰੱਖਣ ਦੇ ਲਈ ਉਹਤੇ ਦਬਾਅ ਪਾਇਆ ਜਾਂਦਾ ਠੀਕ ਹੈ ਤੇ ਕਿਸੇ ਪਰਿਵਾਰ ਦੇ ਵਿੱਚ ਮੈਂਬਰਾਂ ਨੂੰ ਨਿਯਮਾਂ ਦੇ ਅਨੁਸਾਰ ਵਿਵਹਾਰ ਕਰਨ ਲਈ ਕਿਹਾ ਜਾਂਦਾ ਚਾਹੇ ਨਵੀਂ ਪੀੜੀ ਦੇ ਵਿਰੁੱਧ ਕਿਉਂ ਨਾ ਹੋਵੇ ਠੀਕ ਹੈ ਪਰ ਉਹਦੇ ਉੱਤੇ ਪੁਰਾਣੇ ਨਿਯਮਾਂ ਨੂੰ ਮੰਨਣ ਲਈ ਦਬਾਅ ਪਾਇਆ ਜਾਂਦਾ ਉਹ ਹੀ ਆਪਾਂ ਜਿਵੇਂ ਐਗਜ਼ਾਮਪਲ ਦਿੱਤੀ ਠੀਕ ਹੈ ਤੇ ਇਸੇ ਕਰਕੇ ਉਹਨਾਂ ਨਿਯਮਾਂ ਨੂੰ ਮੰਨਣ ਲਈ ਜਿਹੜੇ ਕਿ ਮਜਬੂਰ ਹੁੰਦੇ ਨੇ ਕੁਝ ਪ੍ਰਾਚੀਨ ਨਿਯਮ ਸਮਾਜ ਲਈ ਲਾਭਦਾਇਕ ਨਹੀਂ ਹੁੰਦੇ ਸਮਾਜ ਉਹਨਾਂ ਨੂੰ ਆਪਣੇ ਆਪ ਹੀ ਖਤਮ ਕਰਦਾ ਮਤਲਬ ਕਿ ਜੇ ਕੋਈ ਜ਼ਿਆਦਾ ਨਿਯਮ ਤੁਹਾਡਾ ਜ਼ਿਆਦਾ ਸਟ੍ਰਿਕ ਹੈ ਤਾਂ ਉਹਨੂੰ ਸਮੇਂ ਦੇ ਅਕੋਰਡਿੰਗ ਉਹ ਜਿਹੜੇ ਕਿ ਢਿੱਲਾ ਹੋ ਜਾਂਦਾ ਬਟ ਨਿਯਮ ਉਹੀ ਰਹਿੰਦੇ ਨੇ ਅੱਗੇ ਹੈ ਵਿਅਕਤੀਗਤ ਵਿਵਹਾਰ ਉੱਤੇ ਦਬਾਅ ਪਾਣਾ ਹਾਂਜੀ ਪੁਟਿੰਗ ਅ ਪ੍ਰੈਸ਼ਰ ਔਨ ਇੰਡੀਵਿਜੂਅਲ ਬਿਹੇਵੀਅਰ ਆਧੁਨਿਕ ਸਮਾਜ ਜਿਹੜਾ ਕਿ ਕਾਫੀ ਪਰਵਰਤਨਸ਼ੀਲ ਹੈ ਤੇ ਇਹਦੇ ਲਈ ਇਹ ਜ਼ਰੂਰੀ ਹੈ ਕਿ ਸਮਾਜਿਕ ਅਵਸਥਾ ਨੂੰ ਸੰਗਠਿਤ ਰੱਖਿਆ ਜਾਵੇ ਤਾਂ ਇਹਦੇ ਲਈ ਇਹ ਜ਼ਰੂਰੀ ਹੈ ਕਿ ਸਮਾਜਿਕ ਨਿਯੰਤਰਣ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾਵੇ ਸਮਾਜਿਕ ਨਿਯੰਤਰਣ ਤੋਂ ਬਿਨਾ ਸਮਾਜ ਜਿਹੜਾ ਕਿ ਨਾ ਤਾਂ ਸੰਗਠਿਤ ਹੋ ਸਕਦਾ ਤੇ ਨਾ ਹੀ ਬਵਸਥਿਤ ਰਹਿ ਸਕਦਾ ਤੇ ਜੇ ਅਸੀਂ ਜੈਵਿਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਦੋ ਮਨੁੱਖਾਂ ਦਾ ਵਿਵਹਾਰ ਪਤੀ ਪਤਨੀ ਵੀ ਇੱਕੋ ਜਿਹਾ ਨਹੀਂ ਹੁੰਦਾ ਠੀਕ ਹੈ ਪਪਕਿ ਉਹਨਾਂ ਦੀਆਂ ਆਦਤਾਂ ਵਿਚਾਰ ਯੋਗਤਾਵਾਂ ਇੱਕ ਦੂਜੇ ਤੋਂ ਅਲੱਗ-ਅਲੱਗ ਹੁੰਦੇ ਨੇ ਬਟ ਕਈ ਵਾਰੀ ਵਿਅਕਤੀ ਦੇ ਵਿਚਾਰ ਆ ਜਿਹੜੇ ਕਿ ਸਮਾਜ ਤੋਂ ਵੱਖ ਹੋ ਜਾਂਦੇ ਨੇ ਤਾਂ ਉਹ ਸੰਘਰਸ਼ ਦੇ ਰਸਤੇ ਉੱਤੇ ਤੁਰ ਪੈਂਦਾ ਤਾਂ ਇਸ ਪ੍ਰਕਾਰ ਦੀ ਸਥਿਤੀ ਦੇ ਵਿੱਚ ਸਮਾਜ ਦੇ ਵਿੱਚ ਅਵਵਸਥਾ ਫੈਲ ਜਾਂਦੀ ਹੈ ਤੇ ਸਮਾਜ ਦੇ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਤੇ ਇਸ ਸਮੇਂ ਉੱਤੇ ਆ ਕੇ ਸਮਾਜਿਕ ਨਿਯੰਤਰਣ ਆ ਜਿਹੜੇ ਕਿ ਵਿਅਕਤੀਗਤ ਵਿਵਹਾਰ ਉੱਤੇ ਦਬਾਅ ਪਾਉਂਦਾ ਤਾਂ ਕਿ ਉਹ ਸਮਾਜ ਦੇ ਨਿਯਮਾਂ ਦੇ ਅਨੁਸਾਰ ਚੱਲ ਸਕੇ ਪਾਵ ਕੀ जिम्मेਕਾਰ ਦੇ ਵਿੱਚ ਅਗਰ ਕਿਸੇ ਤੇ ਕਿਸੇ ਦੇ ਬਿਹੇਵੀਅਰ ਜਿਹੜੇ ਕਿ ਇੱਕ ਦੂਜੇ ਨਾਲ ਨਹੀਂ ਮਿਲ ਰਿਹਾ ਬਟ ਉਹਤੇ ਜਿਹੜੇ ਕਿ ਕੋ ਸੋਸ਼ਲ ਕੰਟਰੋਲ ਹੁੰਦਾ ਵੀ ਉਹਨੇ ਜਿਹੜੇ ਕਿ ਰਹਿਣਾ ਹੀ ਹੈ ਠੀਕ ਹੈ ਮਤਲਬ ਕਿ ਬੇਸ਼ੱਕ ਉਹਨਾਂ ਦੇ ਆਪਸ ਦੇ ਆਪਸ ਦੇ ਵਿੱਚ ਆਦਤਾਂ ਜਾਂ ਉਹਨਾਂ ਦੇ ਯੋਗਤਾਵਾਂ ਉਹਨਾਂ ਦੇ ਵਿਚਾਰ ਨਹੀਂ ਮਿਲ ਰਹੇ ਬਟ ਉਹਨਾਂ ਤੇ ਪ੍ਰੈਸ਼ਰ ਹੁੰਦਾ ਸਮਾਜ ਦਾ ਕਿ ਉਹਨਾਂ ਨੇ ਜਿਹੜੇ ਕਿ ਉਹ ਸਮਾਜ ਦੇ ਵਿੱਚ ਰਹਿਣ ਦੇ ਲਈ ਉਹਨਾਂ ਨੇ ਜਿਹੜੇ ਕਿ ਆਪਣਾ ਰਿਸ਼ਤਾ ਕਾਇਮ ਰੱਖਣਾ ਤਾਂ ਇਹ ਉਹਨਾਂ ਦੇ ਤਾਂ ਇਹ ਚੀਜ਼ ਨੂੰ ਸੋਚ ਕੇ ਜਾਓ ਆਪਣੇ ਪੇਰੈਂਟਸ ਦੇ ਦੇ ਮਤਲਬ ਬੰਦ ਦੇਖ ਕੇ ਮਤਲਬ ਕਿ ਆਪਣੇ ਆਪ ਨੂੰ ਇੱਕ ਦੂਜੇ ਦੇ ਵਿੱਚ ਇੱਕ ਦੂਜੇ ਦੇ ਵਿਚਾਰਾਂ ਦੇ ਵਿੱਚ ਅਡਜਸਟਮੈਂਟ ਲੈ ਕੇ ਆਉਂਦੇ ਨੇ ਠੀਕ ਹੈ ਅਗਲਾ ਹੈਗਾ ਸਮਾਜਿਕ ਨਿਯੰਤਰਣ ਵਿਅਕਤੀ ਦੇ ਸਮਾਜਿਕ ਕਰਨ ਦੇ ਵਿੱਚ ਸਹਾਇਕ ਹਾਂਜੀ ਅ ਮਨੁੱਖਾਂ ਵਿੱਚ ਜਨਮ ਸਮੇ ਜਿਹੜੀ ਕਿ ਪਸ਼ੂ ਪ੍ਰਵਿਰਤੀ ਹੁੰਦੀ ਹੈ ਤਾਂ ਉਹ ਸਮਾਜ ਦੇ ਵਿੱਚ ਰਹਿ ਕੇ ਹੀ ਜਿਹੜੀ ਕਿ ਮਨੁੱਖਾ ਸਮਾਜਿਕ ਪ੍ਰਾਣੀ ਬਣਦਾ ਹੈ ਤਾਂ ਜਿਸ ਦੇ ਨਾਲ ਵਿਅਕਤੀ ਸਮਾਜ ਦੇ ਵਿੱਚ ਰਹਿਣ ਦੇ ਨਿਯਮ ਸਿੱਖਦਾ ਤੇ ਉਹਨੂੰ ਆਪਾਂ ਕੀ ਕਹਿੰਦੇ ਸਮਾਜਿਕरण ਕਹਿੰਦੇ ਆ। ਭਾਵ ਕੀ ਸਮਾਜਿਕरण ਕੀ ਹੈ? ਜਦੋਂ ਮਨੁੱਖ ਸਮਾਜ ਦੇ ਵਿੱਚ ਵਿਚਰ ਕੇ ਸਮਾਜ ਦੇ ਵਿੱਚ ਰਹਿਣ ਦੇ ਨਿਯਮ ਸਿੱਖਦਾ, ਤ ਉਹਨੂੰ ਆਪਾਂ ਸਮਾਜਿਕरण ਕਹਿੰਦੇ ਆ। ਤਾਂ ਸਮਾਜਿਕरण ਦੀ ਪ੍ਰਕਿਰਿਆ ਦੇ ਨਾ ਹੋਣ ਦੀ ਸੂਰਤ ਦੇ ਵਿੱਚ ਜਿਹੜਾ ਕਿ ਮਨੁੱਖ ਕਿਵੇਂ ਦਾ ਹੋ ਜਾਊਗਾ ਪਸ਼ੂ ਪ੍ਰਵਿਰਤੀ ਦਾ ਹੋ ਜਾਊਗਾ ਤੇ ਸਮਾਜਿਕ ਨਿਯੰਤਰਣ ਜਿਹੜਾ ਕਿ ਸੋਸ਼ਲ ਕੰਟਰੋਲ ਆ ਵਿਅਕਤੀ ਨੂੰ ਵਿਸ਼ੇਸ਼ ਤਰੀਕੇ ਦੇ ਨਾਲ ਵੀ ਕਿਵੇਂ ਉਹਨੇ ਆਪਣਾ ਬਿਹੇਵੀਅਰ ਜਿਹੜਾ ਕਿ ਅਪਣਾਉਣਾ ਕਿਵੇਂ ਉਹਨੇ ਆਪਣੇ ਕਾਰ ਵਿਹਾਰ ਕਰਨਾ ਉਹਦੇ ਲਈ ਜਿਹੜੇ ਕਿ ਉਹਨੂੰ ਮਜਬੂਰ ਕਰਦਾ ਠੀਕ ਹੈ ਭਾਵ ਕਿ ਉਹਤੇ ਇੱਕ ਕੰਟਰੋਲ ਆ ਜਿਹੜਾ ਕਿ ਰੱਖਿਆ ਜਾਂਦਾ ਵੀ ਕਦੋਂ ਉਹਨੇ ਕੁਝ ਬੋਲਣਾ ਕਦੋਂ ਉਹਨੇ ਆਪਣੇ ਜਿਹੜੇ ਕਿ ਕਿਸ ਅਕੋਰਡਿੰਗ ਚੱਲਣਾ ਭਾਵ ਕਿ ਕੋਈ ਵੀ ਜਿਹੜਾ ਕਿ ਵਿਅਕਤੀ ਹੈ ਸਮਾਜ ਦੇ ਅਕੋਰਡਿੰਗ ਹੀ ਆਪਣੇ ਆਪਣੇ ਆਪ ਨੂੰ ਜਿਹੜੇ ਘਟਾਲ ਦਾ ਵੀ ਸਮਾਜ ਦੇ ਵਿੱਚ ਕੀ ਚੀਜ਼ ਪਰਵਾਣੀ ਤਾਂ ਕੀ ਚੀਜ਼ ਨਹੀਂ ਪਰਵਾਣੀ ਤਾਂ ਉਹਦੇ ਅਕੋਰਡਿੰਗ ਆ ਜਿਹੜੇ ਕਿ ਆਪਣਾ ਕਾਰਜ ਕਰਦਾ ਠੀਕ ਹੈ ਅਗਲਾ ਹੈਗਾ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹਾਂਜੀ ਜਿਹੜਾ ਕਿ ਸਮਾਜਿਕ ਨਿਯੰਤਰਣ ਦੀ ਪ੍ਰਕਿਰਿਆ ਹੈ ਲਗਾਤਾਰ ਸਮਾਜ ਦੇ ਵਿੱਚ ਚਲਦੀ ਰਹਿੰਦੀ ਹੈ ਕਦੇ ਰੁਕਦੀ ਨਹੀਂ ਆਏਗੀ ਇਹ ਪ੍ਰਕਿਰਿਆ ਜੇ ਰੁਕ ਗਈ ਤਾਂ ਸਮਾਜ ਦੇ ਵਿੱਚ ਅਵਵਸਥਾ ਫੈਲ ਜੂਗੀ ਅਹ ਸ਼ਾਂਤੀ ਫੈਲ ਜੂਗੀ ਸਮਾਜ ਚਾਹੇ ਪ੍ਰਾਚੀਨ ਹੋਵੇ ਚਾਹੇ ਆਧੁਨਿਕ ਹੋਵੇ ਭਾਵੇਂ ਕਿ ਚਾਹੇ ਮਾਡਰਨ ਹੋਵੇ ਚਾਹੇ ਮਾਡਰਨ ਨਾ ਹੋਵੇ ਤਾਂ ਇਹ ਪ੍ਰਕਿਰਿਆ ਹਮੇਸ਼ਾ ਮੌਜੂਦ ਹੁੰਦੀ ਆ ਹਰ ਇੱਕ ਦੇ ਵਿੱਚ ਕੁਝ ਨਾ ਕੁਝ ਕੰਟਰੋਲ ਆ ਜਿਹੜੇ ਕਿ ਸਮਾਜ ਦੇ ਵਿੱਚ ਹੁੰਦੇ ਨੇ ਠੀਕ ਹੈ ਉਹਨਾਂ ਦੇ ਅਕੋਰਡਿੰਗ ਮਤਲਬ ਕਿ ਹਰ ਘਰ ਦੇ ਵਿੱਚ ਨਿਯਮ ਹੁੰਦੇ ਨੇ ਹਰ ਸਮਾਜ ਦੇ ਵਿੱਚ ਨਿਯਮ ਹੁੰਦੇ ਨੇ ਹਰ ਪਿੰਡ ਦੇ ਵਿੱਚ ਨਿਯਮ ਹੁੰਦੇ ਨੇ ਉਹਨਾਂ ਦੇ ਅਕੋਰਡਿੰਗ ਹੀ ਜਿਹੜੇ ਕਿ ਇਹ ਪ੍ਰਕਿਰਿਆ ਜਿਹੜੇ ਕਿ ਨਿਰੰਤਰ ਚੱਲਦੀ ਰਹਿੰਦੀ ਆ ਸਮੇਂ ਦੇ ਨਾਲ ਨਾਲ ਸਮਾਜ ਦੀ ਪ੍ਰਵਿਰਤੀ ਦੇ ਵਿੱਚ ਪਰਿਵਰਤਨ ਆਏ ਦੇ ਨਾਲ ਸਮਾਜ ਦੇ ਨਿਯੰਤਰਣ ਦੇ ਸਾਧਨ ਵੀ ਬਦਲ ਗਏ ਨੇ ਸਮਾਜ ਦੇ ਵਿੱਚ ਕੁਝ ਵਿਅਕਤੀ ਨਿਯਮਾਂ ਦੇ ਅਨੁਸਾਰ ਜੀਵਨ ਜੂਂਦੇ ਨੇ ਤੇ ਕੁਝ ਵਿਅਕਤੀ ਨਿਯਮਾਂ ਨੂੰ ਤੋੜਨ ਦੇ ਵਿੱਚੋ ਯਕੀਨ ਰੱਖਦੇ ਨੇ ਬਟ ਸਮਾਜਿਕ ਨਿਯੰਤਰਣ ਦੇ ਕਾਰਨ ਹੀ ਵਿਅਕਤੀ ਦਾ ਆਪਣਾ ਵਿਵਹਾਰ ਹੈ ਜਿਹੜੇ ਕਿ ਠੀਕ ਕਰਦਾ ਤੇ ਨਿਯਮ ਅਨੁਸਾਰ ਚੱਲਦਾ ਬਟ ਫਿਰ ਵੀ ਜਿਹੜੇ ਕਿ ਮਨੁੱਖ ਨਿਯਮਾਂ ਦੇ ਅਕੋਰਡਿੰਗ ਹੀ ਚੱਲਦਾ ਭਾਵ ਕਿ ਜਦੋਂ ਹੁਣ ਆਪਾਂ ਤੁਸੀਂ ਸਕੂਲ ਦੇ ਵਿੱਚ ਜਾਣਾ ਤੁਹਾਡੇ ਤੇ ਡਿਸਪਲਨ ਹੁੰਦਾ ਕਿ ਤੁਸੀਂ ਸਕੂਲ ਦੇ ਵਿੱਚ ਕਿਵੇਂ ਰਹਿਣਾ ਜਾਂ ਕਾਲਜ ਦੇ ਵਿੱਚ ਜਾਣਾ ਤੁਹਾਡੇ ਤੇ ਡਿਸਪਲਨ ਹੁੰਦਾ ਤੁਸੀਂ ਕਾਲਜ ਦੇ ਵਿੱਚ ਕਿਵੇਂ ਰਹਿਣਾ ਤੁਸੀਂ ਗਲੀ ਕਮਾਂਡ ਦੇ ਵਿੱਚ ਹਨ ਹੁਣੇ ਉਹ ਤੋਂ ਤੁਹਾਡੇ ਤੇ ਇੱਕ ਕੰਟਰੋਲ ਹੁੰਦਾ ਤੁਸੀਂ ਸੋਚ ਸਮਝ ਕੇ ਹਰ ਇੱਕ ਸਟੈਪ ਚੱਕਦੇ ਹੋ ਤਾਂ ਉਹੀ ਜਦੋਂ ਤੁਸੀਂ ਸੋਚ ਸਮਝ ਕੇ ਸਟੈਪ ਚਾਲਦੇ ਹੋ ਤਾਂ ਉਹ ਕੀ ਆ ਤੁਹਾਡੇ ਤੇ ਕੰਟਰੋਲ ਆ ਤੁਹਾਡੇ ਮਾਈਂਡ ਦੇ ਵਿੱਚ ਬੈਠਾ ਹੋਇਆ ਕਿ ਤੁਸੀਂ ਸਮਾਜ ਦੇ ਵਿੱਚ ਐਵੇਂ ਚੱਲਣਾ ਦਾ ਜਿਹੜੀ ਤੁਹਾਡੇ ਮਾਈਂਡ ਦੇ ਵਿੱਚ ਬੈਠਾ ਹੋਇਆ ਕਿ ਤੁਸੀਂ ਸਮਾਜ ਦੇ ਵਿੱਚ ਕਿਵੇਂ ਉੱਠਣਾ ਬੈਠਣਾ ਉਹੀ ਚੀਜ਼ ਕੀ ਆ ਉਹੀ ਕੰਟਰੋਲ ਆ ਠੀਕ ਹੈ ਅੱਗੇ ਹੈਗਾ ਨਿਯੰਤਰਣ ਵਿਅਕਤੀ ਨੂੰ ਦਿਸ਼ਾ ਪ੍ਰਦਾਨ ਕਰਦਾ ਹਾਂਜੀ ਸਮਾਜ ਦੇ ਵਿੱਚ ਜਿਹੜਾ ਨਿਯੰਤਰਣ ਉਹ ਵਿਅਕਤੀ ਨੂੰ ਜਿਹੜੇ ਕਿ ਸਹੀ ਢੰਗ ਦੇ ਨਾਲ ਇੱਕ ਦਿਸ਼ਾ ਪ੍ਰਦਾਨ ਕਰਦਾ ਜੇ ਕੋਈ ਵਿਅਕਤੀ ਗਲਤ ਵੀ ਹੈ ਤਾਂ ਉਹਨੂੰ ਉਸ ਜਦੋਂ ਉਹਤੇ ਕੰਟਰੋਲ ਭਾਵੇਂ ਆਪਣੇ ਆਪ ਜਿਹੜੇ ਕੋਈ ਉਹ ਕੰਟਰੋਲ ਮਹਿਸੂਸ ਕਰਦਾ ਜਾਂ ਉਹਦੇ ਪੇਰੈਂਟਸ ਉਸਤੇ ਕੰਟਰੋਲ ਰੱਖਦੇ ਨੇ ਜਾਂ ਸਮਾਜ ਦੇ ਅਕੋਰਡਿੰਗ ਜਦੋਂ ਉਹਨੂੰ ਲੱਗਦਾ ਵੀ ਹਾਂ ਮੈਨੂੰ ਇਹ ਤੇਈ ਚੀਜ਼ ਰੋਕ ਹੈ ਤਾਂ ਉਹਦੇ ਨਾਲ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਹੀ ਦਿਸ਼ਾ ਪ੍ਰਦਾਨ ਹੁੰਦੀ ਹੈ ਭਾਵੇਂ ਕੋਈ ਵੀ ਇਹ ਨਹੀਂ ਹੈ ਕਿ ਰਾਤ ਨੂੰ ਤੁਸੀਂ ਚਿੱਕਾ ਮਾਰੀ ਜਾਓ ਬਟ ਤੁਹਾਡੇ ਦੇ ਇੱਕ ਸਮਾਜ ਦੇ ਵਿੱਚ ਇੱਕ ਨਿਯਮ ਹੈ ਕਿ ਤੁਸੀਂ ਐਵੇਂ ਜਿਹੜੇ ਕਿ ਹੋਟਿੰਗ ਰਾਤ ਨੂੰ ਨਹੀਂ ਕਰਨੀ ਤਾਂ ਉਹ ਚੀਜ਼ ਕੀ ਆ ਉਹਦੇ ਨਾਲ ਜਿਹੜੇ ਕਿ ਵਿਅਕਤੀ ਨੂੰ ਇੱਕ ਨਵੀਂ ਦਿਸ਼ਾ ਮਿਲਦੀ ਆ ਹਨਾ ਤਾਂ ਉਹਦਾ ਜਿਹੜੇ ਬਿਹੇਵੀਅਰ ਆ ਉਹਨੂੰ ਆਪਣੇ ਆਪ ਨੂੰ ਕੰਟਰੋਲ ਕਰਨ ਦੇ ਵਿੱਚ ਆਉਂਦਾ ਜੇ ਕੋਈ ਵਿਅਕਤੀ ਜਿਹੜੇ ਕਿ ਗਲਤ ਚੱਲ ਰਿਹਾ ਤਾਂ ਉਹਦੇ ਜ਼ਿੰਦਗੀ ਦੇ ਵਿੱਚ ਤਾਂ ਉਹਨੂੰ ਜਦੋਂ ਕੰਟਰੋਲ ਹੁੰਦਾ ਤਾਂ ਉਹ ਆਪਣੀ ਦਿਸ਼ਾ ਨੂੰ ਜਿਹੜੇ ਕਿ ਸੁਧਾਰ ਲੈਂਦਾ ਤਾਂ ਉਹਨੂੰ ਅਹਿਸਾਸ ਹੁੰਦਾ ਵੀ ਇਹ ਚੀਜ਼ ਗਲਤ ਹੈ ਇਹੀ ਇਹਦੇ ਵਿੱਚ ਦੱਸਿਆ ਹੋਇਆ ਵੀ ਕਿ ਉਹ ਵਿਅਕਤੀ ਨੂੰ ਜਿਹੜੀ ਕਿ ਦਿਸ਼ਾ ਪ੍ਰਦਾਨ ਕਰਦਾ ਟੌਪਿਕ ਦੇ ਜਿਹੜੇ ਕਿ ਇਹ ਹੈਗਾ ਇਹਦੇ ਹੈਡਿੰਗ ਨੂੰ ਸਮਝ ਕੇ ਤੁਸੀਂ ਆਪਣੇ ਅਕੋਰਡਿੰਗ ਆਪਣੇ ਵਰਡਿੰਗ ਦੇ ਵਿੱਚ ਵੇਰਵਾ ਦੇ ਸਕਦੇ ਹੋ ਭਾਵ ਕਿ ਜਿਹੜੇ ਕਿ ਵਿਅਕਤੀ ਨੂੰ ਸਮਾਜਿਕ ਨਿਯੰਤਰਣ ਨਹੀਂ ਹੀ ਪਤਾ ਲੱਗਦਾ ਕਿ ਸਮਾਜ ਦੇ ਵਿੱਚ ਉਹਨੇ ਕਿਵੇਂ ਵਿਚਰਨਾ ਠੀਕ ਹੈ ਕਿਵੇਂ ਸਮਾਜ ਦੇ ਵਿੱਚ ਰਹਿਣਾ ਤੇ ਕਿਵੇਂ ਆਪਣਾ ਬਿਹੇਵੀਅਰ ਰੱਖਣਾ ਅਗਲਾ ਹੈਗਾ ਸਮਾਜ ਨਿਯੰਤਰਣ ਸਮਾਜਿਕ ਇਕਤਾ ਨੂੰ ਬਣਾ ਕੇ ਰੱਖਦਾ ਹਾਂਜੀ ਜਦੋਂ ਹੁਣ ਆਪਾਂ ਨੂੰ ਪਤਾ ਹੈ ਵੀ ਆਪਣੇ ਤੇ ਇਸ ਚੀਜ਼ ਕੋਈ ਕੰਟਰੋਲ ਆ ਤਾਂ ਉਹਦੇ ਅਕੋਰਡਿੰਗ ਆ ਜਿਹੜੇ ਕਿ ਸਭ ਦੇ ਵਿੱਚ ਜਿਹੜੇ ਕਿ ਏਕਤਾ ਕਾਇਮ ਰਹਿੰਦੀ ਆ ਤਾਂ ਮਤਲਬ ਕਿ ਅਗਰ ਤੁਸੀਂ ਆਪਣੇ ਪੇਰੈਂਟਸ ਦੇ ਅਕੋਰਡਿੰਗ ਕੰਮ ਕਰਦੇ ਹੋ ਬੇਸ਼ੱਕ ਉਹ ਕੋ ਕੰਟਰੋਲ ਆ ਬਟ ਜੋ ਤੁਸੀਂ ਆਪਣੇ ਪੇਰੈਂਟਸ ਦੇ ਅਕੋਰਡਿੰਗ ਕੰਮ ਕਰਦੇ ਹੋ ਤਾਂ ਉਹਦੇ ਨਾਲ ਜਿਹੜੇ ਕਿ ਤੁਹਾਡੇ ਪੇਰੈਂਟਸ ਵੀ ਤੁਹਾਡੇ ਤੇ ਜਿਹੜੇ ਕਿ ਫੁੱਲ ਵਿਸ਼ਵਾਸ ਰੱਖਣਗੇ ਤਾਂ ਤੁਸੀਂ ਵੀ ਉਹਦੇ ਨਾਲ ਕੀ ਆ ਘਰ ਦੇ ਵਿੱਚ ਜਿਹੜੀ ਕਿ ਏਕਤਾ ਬਣੀ ਰਹੂਗੀ ਇਹੀ ਇਹਦੇ ਚੀਜ਼ ਦੇ ਵਿੱਚ ਦੱਸਿਆ ਹੋਇਆ ਕਿ ਨਿਯੰਤਰਣ ਦੇ ਨਾਲ ਜਿਹੜੀ ਕਿ ਸਮਾਜਿਕ ਏਕਤਾ ਬਣ ਕੇ ਰਹਿੰਦੀ ਆ ਜਿਵੇਂ ਇਹਦੇ ਵਿੱਚ ਐਗਜ਼ਾਮਪਲ ਦੇ ਰખીਆ ਕਿ ਪਰਿਵਾਰ ਦੇ ਵਿੱਚ ਬੇਸ਼ੱਕ ਹਰ ਇੱਕ ਮੈਂਬਰਾਂ ਦੇ ਆਪਣੇ ਆਪਣੇ ਵਿਚਾਰ ਨੇ ਆਪਣੀ ਆਪਣੀ ਆਦਤਾਂ ਹੁੰਦੀਆਂ ਨੇ ਵੱਖ-ਵੱਖ ਹੁੰਦੀਆਂ ਨੇ ਬਟ ਫਿਰ ਵੀ ਉਹ ਉਹ ਆਪਣੀ ਮਰਜ਼ੀ ਦੇ ਅਕੋਰਡਿੰਗ ਆਪਣਾ ਬਿਹੇਵੀਅਰ ਨਹੀਂ ਕਰਦੇ ਉਹਨਾਂ ਤੇ ਕੁਝ ਉਹਨਾਂ ਨਿਯਮ ਹੁੰਦੇ ਨੇ ਕਿ ਹਾਂ ਇਹਨਾਂ ਦੇ ਚੀਜ਼ ਦੇ ਅਕੋਰਡਿੰਗ ਕਰਨਾ ਵੀ ਉਸ ਹਿਸਾਬ ਦੇ ਨਾਲ ਜਿਹੜੇ ਕਿ ਉਹ ਰਹਿੰਦੇ ਨੇ ਅਗਰ ਉਹ ਐਵੇਂ ਨਹੀਂ ਕਰਨਗੇ ਤਾਂ ਉਹਨਾਂ ਦੇ ਪਰਿਵਾਰ ਟੁੱਟਣ ਦਾ ਖਤਰਾ ਹੋ ਜਾਊਗਾ ਤਾਂ ਇਹਦੇ ਨਾਲ ਉਸ ਪਰਿਵਾਰ ਟੁੱਟਣ ਦੇ ਖਤਰੇ ਨੂੰ ਲੈ ਕੇ ਜਿਹੜੇ ਕਿ ਉਹ ਆਪਣੇ ਆਪ ਦੀ ਐਡਜਸਟਮੈਂਟ ਹੁੰਦੀ ਹੈ ਠੀਕ ਹੈ ਜਦੋਂ ਕੋਈ ਵੀ ਐਡਜਸਟਮੈਂਟ ਕਰਦਾ ਤਾਂ ਉਹ ਕੀ ਹੋ ਜਾਂਦਾ ਇੱਕ ਸਮਾਜਿਕ ਨਿਯੰਤਰ ਅੱਗੇ ਹੈਗਾ ਸਮਾਜਿਕ ਨਿਯੰਤਰਣ ਸਮਾਜਿਕ ਹੁੰਦਾ ਹਾਂਜੀ ਸਮਾਜਿਕ ਨਿਯੰਤਰਣ ਕਿਸੇ ਵੀ ਵਿਅਕਤੀ ਨਾਲ ਸੰਬੰਧਿਤ ਨਹੀਂ ਹੁੰਦਾ ਬਲਕਿ ਹਮੇਸ਼ਾ ਸਮਾਜਿਕ ਹੁੰਦਾ ਸਮਾਜ ਦੇ ਨਿਯਮਾਂ ਦੇ ਅਕੋਰਡਿੰਗ ਹੀ ਇਹ ਹੁੰਦਾ ਠੀਕ ਹੈ ਇਹਦਾ ਅਰਥ ਹੈ ਕਿ ਜੇ ਕੋਈ ਇੱਕ ਵਿਅਕਤੀ ਦੂਜੇ ਵਿਅਕਤੀ ਦੇ ਨਿਯੰਤਰਣ ਕਰੇ ਤਾਂ ਉਹਨੂੰ ਆਪਾਂ ਸਮਾਜਿਕ ਨਿਯੰਤਰਣ ਨਹੀਂ ਕਹਿੰਦੇ ਸਗੋਂ ਉਹ ਵਿਅਕਤੀਗਤ ਨਿਯੰਤਰਣ ਸਮਾਜਿਕ ਨਿਯੰਤਰਣ ਪੂਰੇ ਸਮੂਹ ਦੇ ਵਿਵਹਾਰ ਉੱਤੇ ਨਿਯੰਤਰਣ ਹੁੰਦਾ ਇਹਦਾ ਅਰਥ ਹੈ ਕਿ ਆ ਕਿ ਸਮਾਜਿਕ ਨਿਯੰਤਰਣ ਦੇ ਵਿੱਚ ਸਮੂਹਿਕ ਕਲਿਆਣ ਦਾ ਤੱਤ ਵੀ ਸ਼ਾਮਲ ਹੁੰਦਾ ਠੀਕ ਹੈ ਜਿਵੇਂ ਆਪਾਂ ਨੂੰ ਪਤਾ ਕਿ ਆਪਣੇ ਪਿੰਡਾਂ ਦੇ ਵਿੱਚ ਆਪਾਂ ਨੇ ਕਿਵੇਂ ਰਹਿਣਾ ਆਪਾਂ ਉਸ ਅਕੋਰਡਿੰਗ ਰਹਿੰਦੇ ਆ ਠੀਕ ਆ ਜਾਂ ਸ਼ਹਿਰਾਂ ਦੇ ਵਿੱਚ ਕਿਵੇਂ ਰਹਿਣਾ ਉਹ ਸ਼ਹਿਰ ਦੇ ਉਸ ਅਕੋਰਡਿੰਗ ਰਹਿੰਦੇ ਨੇ ਤਾਂ ਉਹ ਕੀ ਹੈ ਵੀ ਇੱਕ ਸਮਾਜ ਨੂੰ ਦੇਖ ਕੇ ਆਪਾਂ ਆਪਣਾ ਬਿਹੇਵੀਅਰ ਆਪਣਾ ਰਹਿਣ ਸਹਿਣ ਜਦੋਂ ਚੇਂਜ ਕਰ ਦਿਆ ਤਾਂ ਉਹ ਕੀ ਹੋ ਜਾਂਦਾ ਸਮਾਜਿਕ ਨਿਯੰਤਰਣ ਅੱਗੇ ਹੈ ਇਹ ਆਦਰਸ਼ਾਤਮਕ ਹੈ ਠੀਕ ਆ ਆਈਡਲ ਆਈਡਿਅਲਿਸਟਿਕ ਹੈ ਤਾਂ ਸਮਾਜਿਕ ਨਿਯੰਤਰਣ ਨੇ ਸਾਧਨ ਉਹਨਾਂ ਬਣਾਉਂਦੇ ਸਮੇਂ ਜਿਹੜੇ ਕਿ ਕਦਰਾਂ ਕੀਮਤਾਂ ਨਾ ਹਮੇਸ਼ਾ ਧਿਆਨ ਰੱਖਿਆ ਜਾਂਦਾ ਤਾਂ ਇਸ ਕਰਕੇ ਉਹਨਾਂ ਆਪਾਂ ਆਦਰਸ਼ ਆਤਮਕ ਕਹਿੰਦੇ ਆ ਠੀਕ ਹੈ ਸਮਾਜਿਕ ਨੰਤਰਣ ਇੱਕ ਪ੍ਰਕਾਰ ਦਾ ਦਬਾਅ ਹੁੰਦਾ ਇੱਕ ਪ੍ਰਕਾਰ ਦਾ ਪ੍ਰੈਸ਼ਰ ਹੁੰਦਾ ਜਿਹਦੇ ਵਿੱਚ ਕੁਝ ਕਦਰਾਂ ਕੀਮਤਾਂ ਹੁੰਦੀਆਂ ਨੇ ਪਰੰਪਰਾਵਾਂ ਹੁੰਦੀਆਂ ਨੇ ਨਿਯਮ ਹੁੰਦੇ ਨੇ ਠੀਕ ਹੈ ਇਹਨਾਂ ਨਿਯਮਾਂ ਦੇ ਕਰਕੇ ਹੀ ਜਿਹੜੇ ਕਿ ਇਹਨੂੰ ਆਪਾਂ ਸਮਾਜਿਕ ਨੰਤਰਣ ਕਹਿੰਦੇ ਆ ਤੇ ਸਮਾਜ ਦੇ ਮੈਂਬਰਾਂ ਵੱਲੋਂ ਜਿਹੜੇ ਕਿ ਇਹਨਾਂ ਸਮਾਜਿਕ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਤੇ ਕਦਰਾਂ ਕੀਮਤਾਂ ਦੇ ਇਹਦੇ ਵਿੱਚ ਸ਼ਾਮਲ ਹੋਣ ਦੇ ਨਾਲ ਇਸ ਨੂੰ ਸਮੂਹ ਦੇ ਸਾਰੇ ਮੈਂਬਰਾਂ ਵੱਲੋਂ ਜਿਹੜੇ ਕਿ ਸਵੀਕਾਰਿਆ ਜਾਂਦਾ ਤੇ ਸਮਾਜਿਕ ਨਿਯੰਤਰਣ ਵਿਅਕਤੀ ਨੂੰ ਮਜਬੂਰ ਕਰਦਾ ਕਿ ਸਮੂਹ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਜਿਹੜੇ ਕਿ ਕੰਮ ਕਰੇ ਨਾ ਕਿ ਆਪਣੇ ਆਪ ਨੂੰ ਕਿਉਂਕਿ ਜੇ ਉਹ ਆਪਣੇ ਆਪ ਦੀ ਮਰਜ਼ੀ ਕਰੂਗਾ ਤਾਂ ਉਹ ਤਾਂ ਉਹਦੇ ਕੋਈ ਕੰਟਰੋਲ ਹੀ ਹੈਗਾ ਬਟ ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਨਹੀਂ ਬਲਕਿ ਸਮਾਜ ਦੇ ਅਕੋਰਡਿੰਗ ਦੇਖ ਕੇ ਕੋਈ ਕੰਮ ਕਰੇ ਮਤਲਬ ਕਿ ਉਹ ਜਿਹੜਾ ਕੋਈ ਕਾਰਜ ਕਰੇ ਤੂੰ ਇਹ ਸੋਚੇ ਕਿ ਸਮਾਜ ਦੇ ਵਿੱਚ ਉਹ ਪ੍ਰਵਾਨ ਹੋਊਗਾ ਤਾਂ ਜਦੋਂ ਉਹ ਉਹਦੇ ਅਕੋਰਡਿੰਗ ਕੰਮ ਕਰ ਰਿਹਾ ਇਟ ਮੀਨਸ ਉਹਦੇ ਤੇ ਕੀ ਹੋ ਰਿਹਾ ਸਮਾਜ ਦਾ ਕੰਟਰੋਲ ਹੋ ਰਿਹਾ ਤੇ ਸੋਸ਼ਲ ਕੰਟਰੋਲ ਅਗੇ ਹੈਗਾ ਸਮਾਜਿਕ ਨੰਤਰਣ ਸਹਿਯੋਗ ਦੀ ਭਾਵਨਾ ਪੈਦਾ ਕਰਦਾ ਹਾਂਜੀ ਸਮਾਜਿਕ ਨੰਤਰਣ ਜਿਹੜੀ ਕਿ ਆਪਸੀ ਸਹਿਯੋਗ ਦੀ ਭਾਵਨਾ ਪੈਦਾ ਕਰਦਾ ਕਿਸੇ ਵੀ ਸਮਾਜ ਨੂੰ ਕਾਇਮ ਰੱਖਣ ਲਈ ਸਹਿਯੋਗ ਦੀ ਬਹੁਤ ਜ਼ਰੂਰਤ ਹੁੰਦੀ ਹੈ ਜੇ ਕੋਈ ਜੇਕਰ ਅਸੀਂ ਕੋਈ ਵੀ ਕੰਮ ਕਰਨਾ ਤਾਂ ਸਾਨੂੰ ਸਹਿਯੋਗ ਦੀ ਲੋੜ ਜ਼ਰੂਰਤ ਹੁੰਦੀ ਹੈ ਤੇ ਜਦੋਂ ਅਸੀਂ ਸਮਾਜ ਦੇ ਵਿੱਚ ਰਹਿੰਦੇ ਤਾਂ ਵੀ ਸਾਨੂੰ ਹਰੇਕ ਕੰਮ ਕਰਨ ਲਈ ਦੂਜਿਆਂ ਦੇ ਸਹਿਯੋਗ ਦੀ ਜ਼ਰੂਰਤ ਪੈਂਦੀ ਹੈ ਤਾਂ ਵਿਅਕਤੀ ਸਿਰਫ ਆਪਣੇ ਹਿੱਤਾਂ ਦੀ ਪੂਰਤੀ ਲਈ ਹੀ ਕੰਮ ਨਹੀਂ ਕਰਦਾ ਬਲਕਿ ਹੋਰਾਂ ਦੇ ਹਿੱਤਾਂ ਨੂੰ ਵੀ ਮੁੱਖ ਰੱਖ ਕੇ ਕੰਮ ਕਰਦਾ ਤੇ کئی ਵਾਰ ਇਹਨੂੰ ਆਪਾਂ ਕੀ ਕਹਿੰਦੇ ਹਾਂ ਸਮੂਹਿਕ ਕਲਿਆਣ ਕਹਿੰਦੇ ਹਾਂ ਇਸ ਸਮੂਹਿਕ ਕਲਿਆਣ ਦੇ ਹਿੱਤਾਂ ਨੂੰ ਜਿਹੜੇ ਕਿ ਧਿਆਨ ਦੇ ਵਿੱਚ ਰੱਖਦਾ ਤੇ کئی ਵਾਰ ਕਈ ਵਿਅਕਤੀ ਜਿਹੜੇ ਕਿ ਸਮੂਹਿਕ ਕਲਿਆਣ ਦੇ ਲਈ ਆਪਣੇ ਜਿਹੜੇ ਹਿੱਤ ਹੁੰਦੇ ਨੇ ਉਹਨਾਂ ਨੂੰ ਵੀ ਛੱਡ ਦਿੰਦਾ ਠੀਕ ਹੈ ਤੇ ਆਧੁਨਿਕ ਸਮਾਜ ਦੇ ਵਿੱਚ ਕਿਰਤ ਵੰਡ ਤੇ ਵਿਸ਼ੇਸ਼ੀਕਰਨ ਹਰੇਕ ਪਾਸੇ ਫੈਲਾ ਹੋਇਆ ਤੇ ਇੱਕ ਨਿੱਕਾ ਜਿਹਾ ਕੰਮ ਵੀ ਕਈ ਭਾਗਾਂ ਦੇ ਵਿੱਚ ਵੰਡਿਆ ਹੋਦਾ ਤਾਂ ਵੱਖ-ਵੱਖ ਵਿਅਕਤੀ ਜਿਹੜੇ ਕਿ ਆਪਾਂ ਨੇ ਵੱਖ-ਵੱਖ ਕੰਮ ਕਰਦੇ ਨੇ ਤੇ ਇੱਕ ਦੂਜੇ ਦੇ ਨਾਲ ਜਿਹੜੇ ਕਿ ਜੁੜੇ ਰਹਿੰਦੇ ਨੇ ਇਹਨੂੰ ਆਪਾਂ ਕੀ ਕਹਾਂਗੇ ਸਹਿਯੋਗ ਕਹਾਂਗੇ ਭਾਵ ਕਿ ਸਮਾਜ ਦੇ ਵਿੱਚ ਜਿਹੜੇ ਕਿ ਸਮਾਜਿਕ ਨੰਦ੍ਰਣਿਕ ਸਹਿਯੋਗ ਦੇ ਅਕੋਰਡਿੰਗ ਕੰਮ ਕਰਦਾ ਠੀਕ ਹੈ ਜਿਵੇਂ ਪਰਿਵਾਰ ਦੇ ਵਿੱਚ ਕੋਈ ਕੰਮ ਕਿਸੇ ਨੂੰ ਸੰਪਾ ਵੰਡਦਾ ਕੋਈ ਕਿਸੇ ਨੂੰ ਕੰਮ ਸੰਪਾ ਵੰਡਦਾ ਕੋਈ ਕਿਸੇ ਨੂੰ ਸੰਪਾ ਵੰਡਦਾ ਤਾਂ ਇਹਦੇ ਨਾਲ ਜਿਹੜੇ ਕਿ ਪਰਿਵਾਰ ਚੱਲਦਾ ਹਨ ਭਾਵ ਕਿ ਉਹਨਾਂ ਦੇ ਇੱਕ ਕੰਟਰੋਲ ਹੁੰਦਾ ਵੀ ਇਹਨੇ ਇਹ ਚੀਜ਼ ਕਰਨੀ ਹੈ ਇਹ ਚੀਜ਼ ਕੰਮ ਕਰਨਾ ਹੈ ਇਹ ਕੰਮ ਕਰਨਾ ਠੀਕ ਹੈ ਐਜ਼ ਅ ਐਗਜ਼ਾਮਪਲ ਜਿਹੜੀ ਕਿ ਸਮਝ ਲਿਆ ਕਰੋ ਅੱਗੇ ਹੈਗਾ ਸਮਾਜਿਕ ਨਿਯੰਤਰਣ ਦੇ ਕੋਲ ਸਮੂਹੀ ਕਮਾਨਤਾ ਹੁੰਦੀ ਹੈ ਹਾਂਜੀ ਸਮਾਜਿਕ ਜਿਹੜਾ ਕਿ ਨਿਯੰਤਰਣ ਕਿਸੇ ਵੀ ਮੈਂਬਰ ਉਤੇ ਜੇ ਨਿਯੰਤਰਣ ਰੱਖਿਆ ਜਾਂਦਾ ਤਾਂ ਉਹਦੇ ਪਿੱਛੇ ਕਿਹਦੀ ਮਨਜ਼ੂਰੀ ਹੁੰਦੀ ਹੈ ਸਮੂਹੀ ਕੋ ਮਨਜ਼ੂਰੀ ਵੀ ਹੁੰਦੀ ਹੈ ਵੀ ਸਮਾਜ ਦੇ ਵਿੱਚ ਉਹ ਜਿਹੜੇ ਕਿ ਪ੍ਰਮਾਣਿਤ ਹੁੰਦੀਆਂ ਨੇ ਚੀਜ਼ਾਂ ਜਿਹੜੀ ਚੀਜ਼ ਦੇ ਉਹਨੂੰ ਜਿਹੜੇ ਕਿ ਖਤਰਾ ਗਹਿਮਤਾ ਹੁੰਦੇ ਨੇ ਕਿਸੇ ਵੀ ਤਰ੍ਹਾਂ ਕਾਨੂੰਨ ਦੇ ਪਿੱਛੇ ਜਿਵੇਂ ਸਮੂਹੀ ਕਮਾਨਤਾ ਹੁੰਦੀ ਆ ਤਾਂ ਇਹਦੇ ਨਾਲ ਜਿਹੜੀ ਕਿ ਸਮੂਹਿਕ ਕਲਿਆਣ ਦੀ ਭਾਵਨਾ ਜੁੜੀ ਵੀ ਹੁੰਦੀ ਹੈ ਤਾਂ ਕਿਸੇ ਵੀ ਪ੍ਰਕਾਰ ਦਾ ਵਿਅਕਤੀਗਤ ਨਿਯੰਤਰਣ ਸਮਾਜ ਲਈ ਨੁਕਸਾਨਦਾਇਕ ਹੁੰਦਾ ਕਿਉਂਕਿ ਇਹਦੇ ਨਾਲ ਜਿਹੜੇ ਕਿ ਵਿਅਕਤੀ ਨਰਕੁਸ਼ ਬਣ ਜਾਂਦਾ ਬਟ ਜਦੋਂ ਉਹ ਸਮਾਜ ਦਾ ਜਿਹੜੇ ਕਿ ਨਿਯੰਤਰਣ ਹੁੰਦਾ ਤਾਂ ਉਹ ਸਮੂਹਿਕ ਨਿਯੰਤਰਣ ਹੁੰਦਾ ਠੀਕ ਹੈ ਜਿਵੇਂ ਕਿ ਜਦੋਂ ਸਰਕਾਰ ਕੋਈ ਵੀ ਕਾਨੂੰਨ ਬਣਾਉਂਦੀ ਹੈ ਤਾਂ ਇਹਦੇ ਲਈ ਉਹ ਉਹ ਸਾਰੇ ਸਮੂਹਾਂ ਨਾਲ ਗੱਲਬਾਤ ਕਰਦੀ ਹੈ ਤਾਂ ਕਿ ਕਾਨੂੰਨ ਕਿਸੇ ਪ੍ਰਕਾਰ ਦੀ ਕੋਈ ਵੀ ਗਲਤੀ ਨਾ ਰਹੇ ਠੀਕ ਹੈ ਕਾਨੂੰਨ ਬਣਾਉਣ ਦੇ ਵਿੱਚ ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਨਿਯੰਤਰਣ ਦੇ ਪਿੱਛੇ ਕਿਹੜੀ ਸਮੂਹਿਕ ਮਨਜ਼ੂਰੀ ਹੁੰਦੀ ਹੈ ਠੀਕ ਹੈ ਅਗਲਾ ਹੈਗਾ ਸਮਾਜਿਕ ਨਿਯੰਤਰਣ ਸਮਾਜਿਕ ਸੁਰੱਖਿਆ ਪ੍ਰਦਾਨ ਕਰਦਾ ਹਾਂਜੀ ਸਮਾਜਿਕ ਨਿਯੰਤਰਣ ਸੁਰੱਖਿਆ ਪ੍ਰਦਾਨ ਕਿਵੇਂ ਕਰਦਾ ਜਦੋਂ ਪਤਾ ਹਰ ਇੱਕ ਨੂੰ ਕਿ ਸਮਾਜ ਦੇ ਵਿੱਚ ਉਹਨੇ ਕਿਵੇਂ ਬਿਹੇਵ ਕਰਨਾ ਕਿਵੇਂ ਰਹਿਣਾ ਸੈਣਾ ਤਾਂ ਉਹਦੇ ਨਾਲ ਜਿਹੜੇ ਕਿ ਸਮਾਜ ਦੇ ਵਿੱਚ ਸੁਰੱਖਿਆ ਰਹੂਗੀ ਠੀਕ ਹੈ ਤਾਂ ਤਾ ਵਿਅਕਤੀ ਦੇ ਵਿੱਚ ਜਿਹੜੇ ਕਿ ਠੀਕ ਠਾਕ ਨਾਲ ਕੰਮ ਕਰਨਾ ਕੰਮ ਕਰਦਾ ਠੀਕ ਹੈ ਸਮਾਜਿਕ ਨਿਯੰਤਰਣ ਦੇ ਕਰਕੇ ਹੀ ਤਾਂ ਵਿਅਕਤੀ ਸਮਾਜ ਦੇ ਨਿਯਮਾਂ ਆਦਰਸ਼ਨ ਦੇ ਅਨਸਾਰ ਹੀ ਕੰਮ ਕਰਦਾ ਤਾਂ ਪੈਸਾ ਕਮਾਉਂਦਾ ਠੀਕ ਹੈ ਤਾਂਬ ਕਿ ਸਮਾਜ ਦੇ ਨਿਯਮਾਂ ਦੇ ਅਨਸਾਰ ਕੰਮ ਕਰਦਾ ਤੇ ਮਨੁੱਖ ਆਮ ਤੌਰ ਤੇ ਉਹੀ ਕੰਮ ਕਰਦਾ ਜਿਸ ਦੇ ਪਿੱਛੇ ਸਮਾਜਿਕ ਮਾਨਤਾ ਹੁੰਦੀ ਹੈ ਠੀਕ ਹੈ ਤਾਂ ਇਹਦੇ ਨਾਲ ਕੋਈ ਵੀ ਜਿਹੜੇ ਕਿ ਕਿਸੇ ਵੀ ਤਰੀਕੇ ਦੇ ਸ਼ਾਂਤੀ ਨਹੀਂ ਫੈਲੋਗੇ ਤਾਂ ਉਹਦੇ ਨਾਲ ਸਮਾਜਿਕ ਸੁਰੱਖਿਆ ਹੀ ਹੋਊਗੀ ਤਾਂ ਇਹੋ ਕਰਨਾ ਹੈ ਕਿ ਸਮਾਜ ਦੇ ਵਿੱਚ ਸੰਘਰਸ਼ ਪੈਦਾ ਹੋਣ ਦੀ ਸਥਿਤੀ ਹੋਊਗੀ ਨਹੀਂ ਠੀਕ ਹੈ ਤਾਂ ਇਦੇ ਨਾਲ ਸਮਾਜਿਕ ਸੰਗਠਨ ਤੇ ਸਥਿਰਤਾ ਵੀ ਕਾਇਮ ਰਹਿੰਦੀ ਹੈ ਤਾਂ ਸਮਾਜਿਕ ਨਿਯੰਤਰਣ ਦੇ ਕਾਰਨ ਹੀ ਮਨੁੱਖ ਨੂੰ ਸਮਾਜਿਕ ਤੇ ਮਾਨਸਿਕ ਸੁਰੱਖਿਆ ਵੀ ਪ੍ਰਾਪਤ ਹੁੰਦੀ ਹੈ ਠੀਕ ਹੈ ਤਾਂ ਆਪਾਂ ਐਂਡ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸਮਾਜਿਕ ਕੰਨਤ੍ਰਣ ਕੀ ਹੈ ਸਮਾਜਿਕ ਕੰਟਰੋਲ ਠੀਕ ਹੈ ਜਿਸ ਨਾਲ ਸਮਾਜ ਦੇ ਵਿੱਚ ਜਿਹੜੀ ਕਿ ਵਿਵਸਥਾ ਰਹੂਗੀ ਤੇ ਸਮਾਜ ਦੇ ਵਿੱਚ ਸ਼ਾਂਤੀ ਰਹੂਗੀ ਅਗਰ ਸਮਾਜਿਕ ਨਿਯੰਤਰਣ ਨਹੀਂ ਰੱਖਿਆ ਜਾਊਗਾ ਤਾਂ ਸਮਾਜ ਦੇ ਵਿੱਚ ਅਸ਼ਾਂਤੀ ਫੈਲ ਜਾਊਗੀ ਤਾਂ ਸਮਾਜਿਕ ਨਿਯੰਤਰਣ ਦੀਆਂ ਫਿਰ ਵਿਸ਼ੇਸ਼ਤਾਵਾਂ ਕੀ ਨੇ ਕਿ ਇਹ ਜਿਹੜੇ ਕਿ ਸਮਾਜਿਕ ਨਿਯੰਤਰਣ ਨਿਰੰਤਰ ਚੱਲਣ ਵਾਲੀ ਜਿਹੜੀ ਕਿ ਵਿਵਸਥਾ ਇਹ ਪ੍ਰਾਣੀ ਵਿਵਸਥਾ ਨੂੰ ਕਾਇਮ ਰੱਖਦੀ ਹੈ ਤਾਂ ਇਹ ਜਿਹੜੀ ਕਿ ਸਮਾਜਿਕ ਨਿਯੰਤਰਣ ਸਮਾਜਿਕ ਕਰਨ ਦੇ ਵਿੱਚ ਸਾਈਕ ਹੁੰਦਾ ਵਿਅਕਤੀ ਦੇ ਵਿਵਹਾਰ ਉਤੇ ਦਬਾਅ ਪਾਉਂਦਾ ਤਾਂ ਇਹਦੇ ਨਾਲ ਤੁਸੀਂ ਇਹਦਾ ਜਿਹੜੀ ਕਿ ਐਂਡ ਕਰਦਣਾ ਇਹ ਕੁਐਸਚਨ ਦਾ ਹਾਂਜੀ ਏਸੀ ਤੁਹਾਡਾ ਕੁਐਸਚਨ ਨੈਕਸਟ ਵੀਡੀਓ 'ਚ ਆਪਾਂ ਨੈਕਸਟ ਕੁਐਸਚਨ ਲੈ ਕੇ ਆਵਾਂਗੇ ਥੈਂਕਸ